ਹੁਣ ਅਸਲ ਦੇ ਵਿੱਚ ਕੀ ਹੋਇਆ, ਕਹਿੰਦੇ ਕਿ ਇਹ ਅਲਾਇੰਸ ਜਿਹੜਾ ਉਹ ਐਂਡ 'ਤੇ ਆ ਕੇ ਸੁਖਬੀਰ ਸਿੰਘ ਬਾਦਲ ਦੀ ਬੇਰੁਖੀ ਕਾਰਨ ਨਿਪਰੇ ਨਹੀਂ ਚੜਿਆ। ਅੱਛਾ ਜੀ, ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੀ ਟੀਮ ਇਸ ਗੱਲ 'ਤੇ ਅੜ ਗਈ ਕਿ ਇਹਨਾਂ ਨੂੰ ਸਬਕ ਸਿਖਾਉਣਾ ਭਾਜਪਾ ਵਾਲਿਆਂ ਨੂੰ, ਮਤਲਬ ਕੋਈ ਹੋਈ ਹੋਏਗੀ ਡੀਲ ਜਿਹੜੀ ਕਿ ਡਨ ਨਾ ਹੋਈ, ਚਰਚਾ ਹੋਈ ਹੈ ਉਹਦੇ 'ਤੇ। ਉਸ ਤੋਂ ਬਾਅਦ ਇਹਨਾਂ ਨੇ ਧਾਰ ਲਿਆ ਕਿ ਨਹੀਂ, ਹੁਣ ਇਹਨਾਂ ਦੇ ਨਾਲ ਆਪਾਂ ਸਿੱਧਾ ਆਉਣਾ ਅਤੇ ਇਹਨਾਂ ਨੂੰ ਵਿਖਾਉਣਾ ਹੈ ਕਿ ਭਾਈ ਕਿੱਥੇ ਖਲੋਤੇ ਹੋ ਤੁਸੀਂ। ਪਰ ਮੇਰੇ ਖਿਆਲ ਦੇ ਨਾਲ ਉਹ ਚੀਜ਼ ਵੀ ਟੇਢੀ ਚੱਲ ਗਈ, ਉਹਦਾ ਅਸਰ ਵੀ ਜਿਹੜਾ ਹੈ ਨਾ ਆਪਾਂ ਜਿਵੇਂ ਕਹਿ ਦਿੰਦੇ ਹੁੰਦੇ ਹਾਂ ਕਿ ਰਿਵਰਸ ਹੋ ਗਿਆ। ਉਸ ਚੀਜ਼ ਨੇ ਬਹੁਤ ਗਲਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰਭਾਵ ਪਾਤਾ, ਕਿ ਕਿੱਥੇ ਇਹ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਬਈ ਜੋ ਮਰਜ਼ੀ ਹੋ ਜਾਵੇ ਪੁਲ ਹਮੇਸ਼ਾ ਪਾਣੀ ਤੋਂ ਉੱਤੇ ਰਹਿੰਦਾ। ਪਰ ਹੁਣ ਮਾਮਲਾ ਬਿਲਕੁਲ ਹੀ ਉਲਟ ਹੋ ਗਿਆ ਕਿ ਉਹ ਕਹਿੰਦੇ ਕਿ ਦੇਖ ਲਓ ਹੁਣ ਤੁਸੀਂ ਕਿੱਥੇ ਖਲੋਤੇ ਹੋ, ਤੁਸੀਂ 13% 'ਤੇ ਆ ਗਏ ਡੱਕੇ, ਅਸੀਂ ਬਈ 7 ਤੋਂ ਸਿੱਧਾ ਛਾਲ ਮਾਰ ਕੇ 18.5% 'ਤੇ ਪਹੁੰਚੇ। ਮਤਲਬ ਕਿ ਇਹ ਵੀ ਦੇਖੋ, ਆਪਾਂ ਉਦਣ ਵੀ ਗੱਲ ਕੀਤੀ ਸੀ ਸ਼ਾਇਦ ਜਿਸ ਦਿਨ ਰਿਜ਼ਲਟ ਆ ਰਹੇ ਸੀਗੇ ਜਾਂ ਰਿਜ਼ਲਟ ਤੋਂ ਅਗਲੇ ਦਿਨ, ਕਿ ਜੇਕਰ ਇਹ ਅਲਾਇੰਸ ਹੁੰਦਾ ਅੱਜ ਇਹਦਾ ਵੋਟ ਸ਼ੇਅਰ ਸਰਕਾਰ ਬਣਾਉਣ ਦੇ ਕਾਬਲ ਸੀਗਾ, ਅਤੇ ਦੂਜੀ ਗੱਲ ਹੈ ਕਿ 4 ਤੋਂ 5 ਸੀਟਾਂ ਲੋਕ ਸਭਾ ਦੀਆਂ ਕੱਢਦੇ। ਅਤੇ ਜੇ ਅਲਾਇੰਸ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਬਾਦਲ ਪਿੰਡ ਦੇ ਵਿੱਚ ਕੇਂਦਰ ਦੀ ਜਿਹੜੀ ਵਜ਼ੀਰੀ ਹੈ ਉਹ ਫਿਰ ਐਂ ਆਉਣੀ ਸੀ, ਮਤਲਬ ਝੰਡੀ ਵਾਲੀ ਗੱਡੀ ਆ ਜਾਣੀ ਸੀ ਵੀ ਬੈਠੋ ਜੀ, ਦਿੱਲੀਓਂ ਐਂ ਰਿੜਨੀ ਸੀ ਵੀ ਗੱਡੀ ਆ ਗਈ ਅਤੇ ਬੈਠੋ ਅਤੇ ਆਓ ਦਿੱਲੀ ਦੀ। ਹਾਂਜੀ ਹਾਂਜੀ, ਗੱਠਜੋੜ ਇਹਨਾਂ ਨੇ ਕਿਸਾਨਾਂ ਤੋਂ ਡਰਦਿਆਂ ਨਾ ਕੀਤਾ, ਅਤੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਅਸਰ ਜਿਹੜਾ ਜਿੱਥੇ ਉਹਨੇ ਕਰਨਾ ਸੀ ਕੀਤਾ, ਜਿੱਥੇ ਨਹੀਂ ਕਰਨਾ ਸੀ ਨਹੀਂ ਕੀਤਾ। ਇਹ ਵੀ ਗੱਲ ਠੀਕ ਹੈ ਜੀ ਤੁਹਾਡੀ, ਗੱਲ ਫੈਸਲਿਆਂ ਦੀ ਹੋ ਰਹੀ ਹੈ ਕਿ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਨੇ, ਤਾਂ ਬੀਬਾ ਬਾਦਲ ਨੇ ਹੋ ਸਕਦਾ ਕਿ ਫੈਸਲਾ ਜੋ ਕੀਤਾ ਬੜਾ ਸੋਚ ਕੇ ਕੀਤਾ ਹੋਵੇ ਕਿ ਬਈ ਜਿਹੜੇ ਚਿਹਰੇ ਕੋਈ ਵੀ ਹੈ ਏ ਬੀ ਸੀ, ਮੈਂ ਉਹਨਾਂ ਨੂੰ ਛੁਟਿਆਉਣਾ ਨਹੀਂ ਚਾਹੁੰਦਾ, ਤਾਂ ਬਈ ਕੋਈ ਵੀ ਹੈ ਕਿ ਬਈ ਇਹਨਾਂ ਨੂੰ ਪਾਸੇ ਰੱਖੋ, ਜਿਹਨਾਂ ਪ੍ਰਤੀ ਲੋਕਾਂ 'ਚ ਕੋਈ ਰੋਹ ਹੈ ਰੋਸ ਆ, ਜਾਂ ਜੋ ਦੂਸਰਾ ਸਾਡਾ ਕੈਡਰ ਧੜਾ ਹੈ ਉਹ ਨਾਖੁਸ਼ ਆ, ਜਿਹੜਾ ਐਕਟਿਵ ਹੈ ਜਿਹੜਾ ਸਾਨੂੰ ਕਿਤੇ ਨਾ ਕਿਤੇ ਕੋਈ ਵੋਟ ਫਲ ਦੇ ਸਕਦਾ, ਤਾਂ ਉਹਨਾਂ ਦਾ ਫੈਸਲਾ ਠੀਕ ਰਿਹਾ। ਫੈਸਲਿਆਂ ਦੀ ਜ਼ਿੰਦਗੀ 'ਚ ਫੈਸਲਿਆਂ ਦੀ ਅਹਿਮੀਅਤ ਹੁੰਦੀ ਹੈ। ਜੀ 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 ਜੀ।